ਜਿਹੜੇ ਸਾਨੂੰ ਇਹ ਸਵਾਲ ਕਰਦੇ ਹੁੰਦੇ ਸੀ ਏਕਥੀ ਕਾਂਗਰਸ, ਅਸੀਂ ਹੁਣ ਉਹਨਾਂ ਦੇ ਨਾਲ ਅਲਾਇੰਸ ਕਰਾਂਗੇ? ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਉਹਨੂੰ 13-13 ਜੀਰੋ ਕਰ ਦਾਂਗੇ, ਹੁਣ ਅਸੀਂ ਉਹਨਾਂ ਦੇ ਨਾਲ ਬੈਠਾਂਗੇ? ਸਾਨੂੰ ਕੋਈ ਡਰ ਸਤਾ ਰਿਹਾ? ਅਸੀਂ ਕੋਈ ਵਾਟੀਆਂ ਵੇਚੀਆਂ ਨੇ? ਉਹ ਸਿੱਧੂ ਮੂਸੇਵਾਲੇ ਦੇ ਇਨਸਾਫ ਲਈ, ਉਹਦੇ ਮਾਪਿਆਂ ਦੇ ਇਨਸਾਫ ਲਈ ਤੁਸੀਂ ਐਡੀਆਂ ਵੱਡੀਆਂ ਗੱਲਾਂ ਕਰਦੇ ਹੋ? ਜਦੋਂ ਤੁਹਾਨੂੰ ਕੋਈ ਪੱਤਰਕਾਰ ਸਵਾਲ ਪੁੱਛ ਲੈਂਦਾ ਊਂ ਤੁਹਾਡੀ ਜਵਾਨ ਅੰਦਰ ਵੜ ਕੇ ਬਹਿ ਜਾਂਦੀ ਹੈ, ਹੁਣ ਉਹਦੇ ਮਾਪਿਆਂ ਨੂੰ ਕੀ ਜਵਾਬ ਦਿਓਗੇ? ਇਹਨਾਂ ਦੇ ਵਿੱਚ ਐਡੀ ਜਾਗਦੀ ਜ਼ਮੀਰ ਨਹੀਂ ਹੈਗੀ, ਇਹਨਾਂ ਦੇ ਵਿੱਚ ਐਡੇ ਅਣਖੀ ਖੂਨ ਨਹੀਂ ਹੈਗੇ ਕਿ ਇਹ ਆਪਦੀ ਗੱਲ ਤੇ ਉੱਤੇ ਟਿਕ ਜਾਣ। ਕੱਲ ਨੂੰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਅਲਾਇੰਸ ਹੁੰਦਾ, ਇਹੀ ਰਾਜਾ ਵੜਿੰਗ ਉਹਨਾਂ ਲਈ ਵੋਟ ਨਾ ਮੰਗੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਦਿਓ। ਜਿਹੜੇ ਹੁਣ ਸਾਡੇ ਵੱਡੇ ਵੱਡੇ ਲੀਡਰ ਕਹਿੰਦੇ ਸੀ ਕਿ ਅਸੀਂ ਇਹ ਚਾਰ ਕਮਲਾਂਗੇ ਛੱਡੇ ਹੋਏ ਆਮ ਆਦਮੀ ਪਾਰਟੀ ਵਾਲਿਆਂ ਨਾਲ, ਇਹ ਅਸੀਂ ਹੁਣ ਉਹਨਾਂ ਨਾਲ ਵੋਟਾਂ ਮੰਗਾਂਗੇ? ਜਿਹੜੇ ਇਹ ਗੱਲਾਂ ਕਰਦੇ ਆ ਕਿ ਅਸੀਂ ਆਮ ਆਦਮੀ ਪਾਰਟੀ, ਅਸੀਂ ਹਾਈਕਮਾਂਡ ਨੂੰ ਕਹਿਤਾ ਅਸੀਂ ਇਹ ਨਹੀਂ ਕਰਾਂਗੇ, ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਰਲਾਂਗੇ, ਕਿ ਉਹ ਕਾਂਗਰਸ ਪਾਰਟੀ ਛੱਡ ਕੇ ਆਪਦੇ ਘਰੇ ਬੈਠ ਜਾਣਗੇ? ਚਾਹੇ ਉਹ ਰਾਜਾ ਵੜਿੰਗਾ ਹੈ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈ, ਚਾਹੇ ਉਹ ਕੋਈ ਹੈ। ਜਿਹੜੀ ਸਰਕਾਰ ਦੇ ਮੁੱਦਿਆਂ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ, ਕੱਲ ਨੂੰ ਤੁਸੀਂ ਉਸੇ ਸਰਕਾਰ ਨਾਲ ਮੋਢਾ ਲਾ ਕੇ ਤੁਸੀਂ ਆਪਦੀ ਗੱਡੀ ਭਜਾਓਗੇ, ਫਿਰ ਅਗਲਾ ਦਾ ਟੱਕਰ ਮਾਰੂਗੀ ਮੌਕਾ ਦੇਖ ਕੇ। ਜਿਹੜੇ ਇਹ ਸਵਾਲ ਨੇ ਉਹਨਾਂ ਆਗੂਆਂ ਦੇ ਨੇ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਆ, ਗਰਾਊਂਡ ਲੈਵਲ ਤੇ ਦਰੀਆਂ ਵਿਛਾਈਆਂ। ਇਹ ਰਾਜੇ ਵੜਿੰਗ ਵਾਂਗੂ ਨਟੌਂਕੀਆਂ ਨਹੀਂ ਕੀਤੀਆਂ ਕਿ ਰੈਲੀ 'ਚ ਜਾ ਕੇ ਵਰਕਰਾਂ 'ਚ ਦਰੀ ਜਾ ਕੇ ਬਹਿ ਗਿਆ, ਇਹ ਨਟੰਕੀ ਕਰਨ ਦੇ ਮਾਰੇ ਤੋਰਾ ਫੇਰੇ ਨਹੀਂ ਕੀਤੇ ਵਰਕਰਾਂ ਨੇ, ਤੇ ਵਰਕਰਾਂ ਨੂੰ ਤਾਂ ਕੁਛ ਪੁੱਛੇ ਹੀ ਨਹੀਂ ਕਿਸੇ ਨੇ। ਸਾਡੇ ਵਰਗੇ, ਮੇਰੇ ਵਰਗੇ ਜਿਹੜੇ ਪਿੰਡਾਂ 'ਚ ਬੂਥ ਲੈਵਲ ਤੇ ਕੰਮ ਕਰਦੇ ਆ, ਇਹ ਉਹਨਾਂ ਦੀ ਅਣਖ ਤੇ ਵਾਰ ਆ, ਉਹਨਾਂ ਦੀ ਜ਼ਮੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਆਸੀ ਪਾਰਟੀਆਂ ਵੱਲੋਂ। ਰਾਜਾ ਵੜਿੰਗ ਜਿਹੜੇ ਆਮ ਆਦਮੀ ਪਾਰਟੀ ਦੇ ਵੋਟ ਮੰਗਣਗੇ, ਕੀ ਕਹਿ ਕੇ ਵੋਟ ਮੰਗਣਗੇ? ਕਹਿਣਾ ਕੀ ਹੈ, ਬਸ਼ਰਮਾ ਦਾ ਕੀ ਹੁੰਦਾ?